العليم من الشيطان اللعين الرجيم بسم الله الرحمن الرحيم إن الذين آمنوا وعملوا الصالحات أولئك هم خير البرية يا إلهي آج تو صدیق سا ایمان پیدا کر یا الہی آج تو صدیق سا ایمان پیدا کر عمر فاروق سا کوئی جہی انسان پیدا کر جہاں گم حیا ہو وہاں عثمان پیدا کر علی المرتضی شیر خدا کی آن پیدا کر قدر نبی دا ایک ہی جان دنیا دار کمینے قدر نبی دا ایک ہی جان دنیا دار کمینے قدر نبی دا جان والے سو گئے وچ مدینے قدر نبی دا ایک ہی جان دنیا دار کمینے قدر نبی دا جان والے سو گئے وچ مدینے قدر پانی دا مچھلی جانے یا جانے مرغا بھی قدر نبی دا جبریل جانے یا جانے پاک صحابی حضرت چلے معراج کو بلغل علا بکمال ہی اندھیرا تھا اجالا ہوا قدمت جا بجمال ہی قرآن با اخلاص گوا حسنت جمیع خصال ہی صدقن یقینا راسخن صلو علیہ سارے مل کے پڑھو اللہ Oh!
ਤੇ ਕਈ ਲੋਕ ਜਿਹੜੇ ਸਹਾਬਾ ਦੇ ਖਿਲਾਫ ਗੱਲਾਂ ਕਰ ਰਹੇ ਹਨ, ਅੱਜ ਉਹ ਸਹਾਬਾ ਦਾ ਨਾਰਾ ਲੈ ਰਹੇ। ਮੈਂ ਜ਼ਿੱਦ ਨਾਲ ਕਦੇ ਤਕਰੀਰ ਨਹੀਂ ਕੀਤੀ, ਅਕਲ ਨਾਲ ਤਕਰੀਰ ਕੀਤੀ ਹੈ। ਮੈਨੂੰ ਇਹ ਵੀ ਪਰਵਾਹ ਨਹੀਂ ਕਿ ਕੋਈ ਮੈਨੂੰ ਕਿਆ ਦਏ, ਕੋਈ ਮੈਨੂੰ ਕਿਆ ਦਏ। ਆਪਣਾ ਅਕੀਦਾ ਛੇੜੋ ਨਾ, ਛੋੜੋ ਨਾ, ਦੇਹ ਦਾ ਅਕੀਦਾ ਛੋੜੋ ਨਾ। ਯਾਨੀ ਆਪਣਾ ਅਕੀਦਾ ਛੋੜੋ ਨਾ, ਦੇਹ ਦਾ ਅਕੀਦਾ। ਇਹ ਅੱਜ ਕੱਲ੍ਹ ਦੇ ਜ਼ਮਾਨੇ ਦਾ ਇੱਕ ਨਜ਼ਰੀਆ ਹੈ। ਅਤੇ ਮੈਂ ਤੁਹਾਨੂੰ ਗੱਲ ਕਰ ਰਿਹਾ ਕਿ ਅੱਲਾਹ ਦੇ ਨਾਂ ਦੇ ਹੋ ਹੋਈ ਨਹੀਂ, ਮੈਂ ਮੁਤਮੈਨ ਨਹੀਂ ਹਾਂ। ਸਾਰੇ ਬੋਲੋ ਕਿਤਨਾ ਮੁਹੰਮਦ ਦੇ ਨਾਂ ਦੇ ਹੋ ਹੋਈ। ਅੱਲਾਹ ਦੇ ਨਬੀਆਂ ਦੀ ਤਾਦਾਦ ਵੀ 1,24,000 ਹੈ। ਅੱਲਾਹ ਦੇ ਨਬੀਆਂ ਦੀ ਤਾਦਾਦ ਵੀ 1,00,000। ਔਰ ਯਕੀਨ ਮੰਨੋ, ਨਬੀ ਦੇ ਸਹਾਬਾ ਦੀ ਤਾਦਾਦ ਵੀ 1,24,000 ਹੈ। ਉਹਦੇ ਵੀ 1,24,000, ਇਹਦੇ ਵੀ 1,24,000। ਫਰਕ ਕਿਆ ਹੈ? ਜਿਹਦੇ ਉੱਤੇ ਅੱਲਾਹ ਦੀ ਨਜ਼ਰ ਪਈ ਉਹ ਨਬੀ ਬਣ ਗਏ, ਜਿਹਨਾਂ ਤੇ ਜ਼ਾਹਰਾ ਤੇ ਬਾਬੇ ਦੀ ਨਜ਼ਰ ਪਈ ਉਹ ਸਹਾਬੀ ਬਣ ਗਏ। ਅਸ਼ਰਾ ਭਾਈ, ਉਹਦੇ ਵੀ 1,24,000, ਇਹਦੇ ਵੀ 1,24,000। ਅੱਗੋਂ ਤਕਰੀਰ ਸ਼ੁਰੂ ਹੋਣੀ ਹੈ, ਤੁਹਾਨੂੰ ਪਤਾ ਨਹੀਂ ਕਿਵੇਂ ਮਜ਼ਮੂਨ ਲੱਗਦਾ ਹੈ ਸੋਹਣਾ, ਮੈਨੂੰ ਬੜਾ ਪਸੰਦ ਹੈ। ਉਹਦੇ ਵੀ 1,24,000, ਇਹਦੇ ਵੀ 1,24,000। ਅੱਲਾਹ ਨੇ 1,24,000 ਵਿੱਚੋਂ 313 ਰਸੂਲ ਚੁਣਾਓ ਕੀਤਾ ਹੈ। 1,24,000 ਵਿੱਚੋਂ ਅੱਲਾਹ ਪਾਕ ਨੇ 313 ਰਸੂਲ ਚੁਣਿਆ। ਔਰ ਹੈਰਾਨ ਹੋ ਜੋ, ਮੇਰੇ ਨਬੀ ਨੇ ਵੀ 1,24,000 ਸਹਾਬਾ ਵਿੱਚੋਂ 313 ਬਦਲੀ ਸਹਾਬੀ। ਕੀ ਕਰੋ ਤੁਸੀਂ? ਉਹਦੇ ਵੀ 1,24,000, ਇਹਦੇ ਵੀ 1,24,000। ਉਹਦੇ ਅੱਲਾਹ ਨੇ 1,24,000 ਤੋਂ 313 ਰਸੂਲ ਚੁਣੇ। ਇਹਦੇ ਅੱਲਾਹ ਦੇ ਨਬੀ ਨੇ 1,24,000 ਸਹਾਬਾ ਵਿੱਚੋਂ 313 ਬਦਰੀ ਸਹਾਬੀ ਚੁਣੇ। ਹੋਰ ਪਤਾ ਨਹੀਂ ਕਿਹਨੂੰ ਸਮਝ ਆਉਂਦੀ ਹੈ, ਕਿਹਨੂੰ ਨਹੀਂ ਆਉਂਦੀ। ਅੱਲਾਹ ਨੇ 313 ਬਦਰੀ 313 ਰਸੂਲਾਂ ਵਿੱਚੋਂ ਉਲੁਲ ਅਜ਼ਮ ਰਸੂਲ ਚੁਣੇ। ਯਾਨੀ 313 ਵਿੱਚੋਂ ਵੱਧ ਕੱਢੀ ਅੰਦਾ ਉਲੁਲ ਅਜ਼ਮ ਰਸੂਲ। ਔਰ ਮੇਰੇ ਨਬੀ ਨੇ ਵੀ 313 ਸਹਾਬਾ ਵਿੱਚੋਂ ਦਾ ਅਸਲਾ ਮੁਬਸ਼ਰਾ ਸਹਾਬੀ। ਹੁਣ ਫਰਕ ਮੈਨੂੰ ਦੱਸੋ ਕਿੱਥੇ ਪਿਆ ਹੈ? ਉਹਨੇ ਵੀ 1,24,000, ਇਹਦੇ ਵੀ 1,00,000। ਬੜੀ ਆਸਾਨ ਤਕਰੀਰ ਹੈ। ਉਹਦੇ ਵੀ 300 ਸ਼ਾਬਾਸ਼, ਇਹਦੇ ਵੀ 313। ਉਹਦੇ 313 ਵਿੱਚੋਂ 10, ਇਹਦੇ ਵੀ 313 ਵਿੱਚੋਂ 10। ਅੱਲਾਹ ਨੇ 313 ਵਿੱਚੋਂ 10 ਰਸੂਲ ਚੁਣੇ। ਉਹਨੇ 10 ਵਿੱਚੋਂ ਅੱਲਾਹ ਪਾਕ ਨੇ 4 ਕਿਤਾਬਾਂ ਅਤਾ ਫਰਮਾਇਆ। ਹੁਣ ਜਿਹੜਾ ਨਾ ਬੋਲਿਆ ਮੈਨੂੰ ਦੁੱਖ ਲੱਗ ਸੀ, ਉਹਦੇ ਅੱਲਾਹ ਪਾਕ ਨੇ, ਤੁਹਾਨੂੰ ਸਮਝ ਆ ਗਈ ਹੈ, ਉਹਦੇ ਅੱਲਾਹ ਪਾਕ ਨੇ 313 ਵਿੱਚੋਂ 10 ਚੁਣੇ ਨੇ। ਉਹਨੇ 10 ਵਿੱਚੋਂ ਅੱਲਾਹ ਨੇ 4 ਕਿਤਾਬਾਂ ਅਤਾ ਫਰਮਾਇਆ। ਇਹਦੇ ਮੇਰੇ ਨਬੀ ਨੇ 10 ਅਸ਼ਰਾ ਮੁਬਸ਼ਰਾ ਵਿੱਚੋਂ 4 ਐਸੇ ਹਨ ਜਿਹਨਾਂ ਨੂੰ ਖਿਲਾਫਤ ਅਤਾ ਫਰਮਾਈ। ਜਿਹਦੇ ਬਾਰੇ ਵਿੱਚ ਅੱਲਾਹ ਫਰਮਾਉਂਦੇ ਮੇਰਾ ਯਾਰ ਅੱਲਾਹ ਦਾ ਐਲਾਨ ਅੱਲਾਹ ਫਰਮਾਉਂਦੇ ਵਤਖਜ਼ਲਲਾਹੁ ਇਬਰਾਹੀਮਾ ਖਲੀਲਾ। ਅੱਲਾਹ ਦਾ ਐਲਾਨ ਹੈ, ਲੋਕੋ ਖਲੀਲ ਮੇਰਾ ਯਾਰ ਹੈ। ਇਹਦੇ 10 ਵਿੱਚੋਂ 4 ਐਸੇ ਹਨ ਜਿਹਨੇ ਵਿੱਚੋਂ ਮੇਰਾ ਨਬੀ ਫਰਮਾਉਂਦੇ ਲੋਕੋ ਸਿੱਦੀਕ ਮੇਰਾ ਯਾਰ ਹੈ। ਉਹਦੇ ਅੱਲਾਹ ਫਰਮਾਉਂਦੇ ਖਲੀਲ ਮੇਰਾ ਯਾਰ ਹੈ। ਇਹਦੇ ਮੇਰਾ ਨਬੀ ਫਰਮਾਉਂਦੇ ਲੋਕੋ ਸਿੱਦੀਕ ਮੇਰਾ ਯਾਰ ਹੈ। ਉਹਦੇ ਅੱਲਾਹ ਦਾ ਯਾਰ ਹੈ ਖਲੀਲੁੱਲਾ, ਇਹਦੇ ਨਬੀ ਦਾ ਯਾਰ ਹੈ ਸਿੱਦੀਕੁੱਲਾ। ਖਲੀਲ ਨਾਰ ਮੇ ਗਿਆ, ਸਿੱਦੀਕ ਨਾਰ ਮੇ ਗਿਆ। ਬੜੀ ਕਿਆ ਬਾਤ ਹੈ, ਸਿੱਦੀਕ ਗਾਰ ਮੇ ਗਿਆ, ਖਲੀਲ ਨਾਰ ਮੇ ਗਿਆ। ਖਲੀਲ ਕਹਿਤਾ ਹੈ ਖਾਨੇ ਕਾਬੇ ਕਾ ਦਰਵਾਜ਼ਾ ਫਤਿਹ ਕਰ, ਅੱਲਾ ਮੈਂ ਵੀ ਤੇਰਾ ਹਾਜ਼ਰਾ ਵੀ
ਵੀ ਤੇਰੀ, ਸਾਰਾ ਵੀ ਤੇਰੀ, ਇਸਮਾਇਲ ਵੀ ਤੇਰਾ, ਇਸਹਾਕ ਤੇਰਾ, ਮੇਰਾ ਮਾਲ ਵੀ ਤੇਰਾ। ਹੁਣ ਬੋਲੋ ਨਾ ਬੋਲੋ ਜਿਸ ਵਾਲੇ ਤੁਹਾਡੀ ਮਰਜ਼ੀ। ਅੱਲਾਹ ਦਾ ਯਾਰ ਸਾਡੇ ਕਾਬੇ ਦਾ ਘਰ ਮੱਥੇ ਤੇ ਆਵੇ। ਅੱਲਾਹ ਮੇਰਾ ਮਾਲ ਵੀ ਤੇਰਾ, ਮੈਂ ਵੀ ਤੇਰਾ, ਪਿਛਲੇ ਹਿਜਰਾ ਕਦੀ ਰਾਤ ਅੰਮਾ ਐਸਾ ਦਾ ਬਾਬਾ ਮੇਰੇ ਨਬੀ ਦੇ ਕਦਮਾਂ ਵਿੱਚ ਬਹਿ ਗਿਆ। ਅੱਲਾਹ ਦਾ ਨਬੀਆ ਮੈਂ ਵੀ ਤੇਰਾ, ਮੇਰੀ ਆਲ ਔਲਾਦ ਵੀ ਤੇਰੀ, ਮੇਰਾ ਮਾਲ ਵੀ ਤੇਰਾ, ਮੇਰੀ ਜਾਨ ਵੀ ਤੇਰੀ। ਪਰਵਾਨੇ ਕੋ ਚਰਾਗ ਬੁਲਬੁਲ ਕੋ ਫੂਲ ਬਸ, ਸਿੱਦੀਕ ਕੇ ਲੀਏ ਹੈ ਖੁਦਾ ਕਾ ਰਸੂਲ ਬਸ, ਇੱਕ ਅੱਲਾਹ ਦਾ ਯਾਰ ਖਲੀਲੁੱਲਾ, ਪਿਆ ਮੇਰੇ ਨਬੀ ਦਾ ਯਾਰ ਸਿੱਦੀਕੁੱਲਾ। ਹੁਣ ਜ਼ਿਹਨ ਦਾ ਪਿੱਛਾ ਖਿੱਚ ਲੋ, ਅੱਲਾਹ ਦੇ ਨਬੀਆਂ ਦੀ ਤਾਦਾਦ ਵੀ 1,26,000, ਮੇਰੇ ਨਬੀ ਦੇ ਗੁਲਾਮਾਂ ਦੀ ਤਾਦਾਦ ਵੀ 1,26,000। ਉੱਤੇ ਵੀ 300 ਤੇ ਹਨ, ਇੱਥੇ ਵੀ 300 ਤੇ ਹਨ, ਉੱਤੇ 300 ਤੇ ਹਮੀ ਤੋਂ ਦੱਸ, ਇੱਥੇ ਵੀ 300 ਤੇ ਹਮੀ ਤੋਂ ਦੱਸ, ਉੱਤੇ 10 ਵਿੱਚੋਂ 4 ਜਿਨ੍ਹਾਂ ਕੋ ਕਿਤਾਬਾਂ ਮਿਲੀਆਂ, ਇੱਥੇ 10 ਅਸ਼ਰਾਮੋ ਬਚਰਾ ਵਿੱਚੋਂ 4 ਜਿਨ੍ਹਾਂ ਕੋ ਮੇਰੇ ਨਬੀ ਖਿਲਾਫਤ ਦਿੱਤੀ ਹੈ, ਉੱਤੇ ਖਲੀਲ ਲਾਏ, ਇੱਥੇ ਸਿੱਧੀਕ ਲਾਏ। ਅੱਧਾ ਕਦਮ ਵਧਾਉਣ ਮੇਰੇ ਨਾਲ, ਬੜੀ ਦੇਰ ਤੋਂ ਆਏ ਬੈਠੇ ਹੋ, ਉੱਤੇ ਮੂਸਾ ਕਲੀਮ ਹੈ, ਮੂਸਾ ਵਿੱਚ ਵੀ ਨੁਕਸਾਨ ਨਹੀਂ, ਉਮਰ ਵਿੱਚ ਵੀ ਨੁਕਸਾਨ। Yeah.
नजारा जान निसारा दे, नजारा जान निसारा दे, तुझे जब भी आपा के रोज अंदर तुझे जब भी आपा के
Okay.
عظیم بیٹھا پیچھا آتی کر کے لوگوں علی ہے تعظیم مگر اے میرے نبی کا غلام وہ عقیدہ دہشت گرد کا نہیں وہ عقیدہ شرابی کا نہیں وہ پھنسی کا نہیں وہ اس سنی کا عقیدہ ہے سنیاں کا نارا مارا زیادہ مجھے
وعدہ میرا عقیدہ ہے اور پبانگے تو ہل میں علاج دیا کرنا سر جتنا گناگار اسے نہ پڑے گی من لیا کہ سر گناہ ماں بھی پانڈ بھی سے اچھا کون گناگار اسے لیکن قیامت علی بار اچھا زہرہ دے بابے دے گوڑی اور حد پر کیا کرے آتا تیرے امتی حسن اچھا جا اکھی گناہ والا ساڑے کن گناہ والے لیکن آقا اے ساری زبان چیک کر کے دیکھنے اس زبان کے پوری زندگی میں تیری آر کا دل کی دہن کو یا میں دلائل نال تانوں گل دسی دینا جی بلا بلا والا بھی سنا دینا دو وجہ ہوئی تھی اللہ تیری عزت کی کرے میں علم کا شہر ہاں ابو بکر اس کی بنیاد ہے میں علم کا شہر ہاں عمر اس کی دیوار ہے اور میں علم کا شہر ہاں عثمان اس کی چھت ہے میں علم کا شہر ہاں علی اس کا دروازہ ہے علی اس کا دروازہ اٹھی کے نام اللہ اٹھی کے نام اللہ تیرا ہاتھ بڑھ گیا سارا دعا میرا نام اللہ چھوٹا جی ہم کو لایا ہم اگر میرے کوئی
ਵਿਅਕਤੀ ਹੋ ਗਏ ਮੈਂ ਜਾਫਰ ਪੁਲਿਸ ਨਾਲ ਮੈਨੂੰ ਮਾਫ਼ ਕਰ ਦਿੱਤਾ ਲੋਕਾਂ ਦੀਆਂ ਚੀਖਾਂ ਨਿਕਲ ਗਈਆਂ ਮੇਰੇ ਨਬੀ ਦੇ ਅੱਖਾਂ ਵਿੱਚੋਂ ਮੋਟੇ ਮੋਟੇ ਆਸੂ ਆਏ ਫਰਮਾਇਆ ਬਿਲਾਲ ਜੀ ਆਮਨਾ ਦਾ ਲਾਲ ਫਰਮਾਇਆ
میں رکھیا بلال دوڑا دوڑا بطول کے دروازے تے بیبی آئی ہے کون بلال تے تہاڈا نوکر اوے چاچا بلال کیویں آیا ہے کاکا جی بلال بول ہی نہیں سکدا بیبی آئی کیا بچا ہے تو تاں کدی رونا ہی نہیں کیا بچا ہے اتے بطول کیا کر رہا حضور صاحب تو غلام ہے حضور فرمائے میرے تو بدلا لے لو او اب تو سامنے نو غدوائے تبوک تے کوڑا ماریا میں کوڑا مارنا ہے میں تیرے دروازے تے آیا تم بڑے پاسے کوڑا دیتا میرے نبی کی بیٹی دے ہتھاں وچوں موتے 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 آنسو نکلن اب یہ حسن حسین اٹھو میرے پترو جی اما فرمایا اے کوڑا لائے جاؤ ان کا سانو آئے تا میرے بھاگے نو نہ مارے اپنا کمرے نو کمرا لہا دیوائے اٹھائے سانو مارا لے کر سارے نامے نو نہ مار سارے کی کیا بات ہے کہی میں جیلو اے دارو مار پہلے دے میں کو سمجھ نہیں آمی او جسوال آلے اے کوئی محرم نہیں میں جل نہیں اے جمعہ اے تسا جمعہ کو بڑھائے ہو میرا نبی کا غلام حسین حسن تجھے انہیں چکوڑا چاہتے تجھے جن مقتل نبی دے چاہین آج نانا او کاؤنے جدا پانو کوڑا مہدے میرا نبی آدے او کاشا کھڑائے او کاشے نو آدن چاچا سادے نانے نو مدرہ دے نو او دین سردہ کر دے شنکت مہار بھی آتا ہے ساری اما سانو بھیجی ہے سانو مار سارے نانے نو نہ مار میرا نبی فرد حسن حسین اورے آؤ انہا آسوان دے سن کے اللہ میرے میرا حسن کے گھر میں تو مرد بابا میری بھابی بیمار رہ دی اللہ سیت دے اللہ تعالی جوانیاں دے دے تیرے پترو تیرے عشق کے روم دے دے تھے اللہ مختار محیط اللہ بچہ دے دے میں قربان ہوں میرا نبی فرمے حسن اوریا نانا آیا حسین اوریا نانا آیا فرمایا آؤ میری جھولی وچ پاؤ بہن اپنا اکاشا اوریا اوریا آقا آیا فرمایا اے لے کوڑا جی بسم اللہ کوڑا لے لے اکاشے کوڑا لے لے اپنا لے لے بدلا اگلے جملے تے میرا کیا لے ہر دوسرا بندہ رومان پہ جیسی ابھی آقا کوڑا پا دیا ہے لیکن اس دیوار کا بھی کمر تو کپڑا میری کمر تو کپڑا اتریا ہویا تو ساری کمر تو کپڑا اتارو تاکہ میں اٹھائیں دارو لاؤں جتا تو ساندر بلئی ہوئی میرے نبی کمر مبارک تو کپڑا اتاریا اس رانا جائے اللہ آج موت آ جاوے ہا علی آ جائے اللہ آج کیا بڑھئے سبے نال امت حوصلے نال حوصلے نال میرا نبی پھڑیں گے اللہ اللہ جسوالا لو آج عجیب محفل بن گئی اللہ تعالیٰ رنگ لاؤے اللہ تعالیٰ مدینہ دکھاوے میرے دور دراز تو آئے ہو اور میں پرمیسی تھاک دیا بڑا بلتان دا سفارے اور بچے دو تھکا دے گئے میں قربان ہو جانا میرا نبی بن گئے اکاشا کمر تو کپڑا اتر گئے آگے آقا اور اس جملے تے میرا کیا بارا بھی کوئی بندہ ہی میں نہ جاسی میرا نبی فرم دے کمر تو کپڑا بھی لے دے کوڑا بھی تینو مل گیا ہے ہون جا کہے نہیں ابے آقا اپنے غلام آنو آت سفا بنا لے سفا بنا لے سفا بن گئی میرا نبی ابے اکاسا ہون دسا ابے آقا تیری مہربانی ہے کوڑا بھی دیتا آئی کمر تو کپڑا مبارک بھی لہایا آئی انہاں نو آتی آئی صفا بنا اے صفا بنا کے بہ گئے ہاں ایک عبادت دے میرا نبی فرمائے کیڑی ابے آقا اس بیمار تو سب دور دے دور دے
بعد چلائے لگائے لگنے کا خیال کرے نہ ورنہ نہ آکھا